ਜਸਵੰਤ ਸਿੰਘ ਕਵਲਜੀ ਦੁਆਰਾ ਲਿਖਿਆ ਨਾਵਲ ਪੂਰਨਮਾਸ਼ੀ ਭਾਗ 16 ਸਾਖ ਦੇ ਪੱਕਾ ਹੋ ਕੇ ਟੁੱਟ ਜਾਣ ਨਾਲ ਰੂਪ ਦੀ ਇੱਕ ਤਰ੍ਹਾਂ ਪਿੰਡ ਵਿੱਚ ਹੱਤਕ ਹੋ ਗਈ ਸੀ ਪਿਆਰ ਦੇ ਮਾਮਲੇ ਵਿੱਚ ਜਿੱਥੇ ਉਸ ਦਾ ਦਿਲ ਚੀਰਿਆ ਗਿਆ ਸੀ ਉੱਥੇ ਹੀ ਦੁਨੀਆਦਾਰੀ ਵਿੱਚ ਉਸ ਦੇ ਸਤਿਕਾਰ ਤੇ ਅਣਖ ਨੂੰ ਵੀ ਛੱਟ ਵੱਜੀ ਸੀ ਉਸ ਦੇ ਸ਼ਰੀਕੇ ਕਬੀਲੇ ਵਿੱਚੋਂ ਉਸ ਦੀ ਕਿਤਾਈ ਆਪਣੀ ਭਤੀਜੀ ਦੇ ਸਾਖ ਬਾਰੇ ਰੂਪ ਨੂੰ ਕਈ ਵਾਰ ਪੁੱਛ ਚੁੱਕੀ ਸੀ ਪਰ ਰੂਪ ਨੇ ਉੱਚੀ ਹਵਾ ਚ ਉੱਡਦਿਆਂ ਉਸ ਦੀ ਗੱਲ ਕਦੇ ਗੋਲੀ ਨਹੀਂ ਜਖਮੱਲਾ ਦੇਖ ਕੇ ਹੁਸ਼ਿਆਰ ਤਾਈ ਨੇ ਰੂਪ ਨਾਲ ਫੇਰ ਗਲਤੋਰੀ ਇਸ ਵਾਰੀ ਰੂਪ ਨੇ ਆਪਣੇ ਫਟ ਟੁੱਤੇ ਮੱਲਮ ਸਮਝਿਆ ਤੇ ਰੋਪ ਬਣਾਈ ਰੱਖਣ ਲਈ ਆਖਿਆ ਤੇਰੀ ਮਰਜ਼ੀ ਐ ਤਾਈ ਜੇ ਤੂੰ ਖੜਾ ਕਰਦੀ ਐ ਬੱਕਰੀਆ ਕੁੜੀ ਤੇਰੇ ਨਾਲੋਂ ਸੋਹਣੀ ਐ ਤੂੰ ਨੱਕ ਬੁੱਲ ਮਾਰਦਾ ਸੱਚਿਆਰੀ ਦਾ ਲੇਖ ਨਹੀਂ ਤੇਰਾ ਘਰ ਭਰ ਜੂ ਤਾਈ ਨੇ ਆਪਦੀ ਗੱਲ ਨਾਲ ਰੂਪ ਦੇ ਜਜ਼ਬਾਤ ਨੂੰ ਛਲਕਾਇਆ ਕੱਲ ਨੂੰ ਤਾਈ ਤੈਨੂੰ ਸਲਾਹ ਕਰਕੇ ਦੱਸ ਦੂੰਗਾ ਰੂਪ ਨੇ ਜਗੀਰ ਹੋਰਾਂ ਦੀ ਸਲਾਹ ਲਈ ਸਮਾਂ ਮੰਗਦਿਆਂ ਕਿਹਾ ਜਮ ਜਮ ਕਰ ਬੱਚਾ ਆਖਰ ਤੇਰੀ ਆਪਣੀ ਭੁੱਗਣੀ ਐ ਉਹ ਚਲੀ ਗਈ ਤੇ ਰੂਪ ਨੇ ਜਾਗੀਰ ਦੀ SLA ਪੁੱਛੀ ਉਸਦੀ ਤਤ ਫਟ ਸਾਖ ਲੈ ਲੈਣਾ ਚੰਗਾ ਸਮਝਿਆ ਗਿਆਨੀ ਦੇ ਕੰਨਾਂ ਵਿੱਚ ਪਿੰਕ ਪਾਈ ਗਈ ਉਹ ਵੀ ਸਾਰੀ ਗੱਲਬਾਤ ਸੋਚਦਿਆਂ ਸਾਖ ਲੈਣ ਵਿੱਚ ਇੱਜ਼ਤ ਸਮਝਿਆ ਰੂਪ ਨੂੰ ਚੰਨੋ ਦੇ ਬੋਲ ਵੀ ਚੇਤੇ ਆ ਰਹੇ ਸਨ ਉਨਜੂ ਦਾ ਦਿਲ ਚੰਨੋ ਦਾ ਸਾਖ ਰਹਿ ਜਾਣ ਕਰਕੇ ਖਾਲੀ-ਖਾਲੀ ਹੋ ਗਿਆ ਸੀ ਮਨ ਦੇ ਇਸ ਪੁਲਾੜ ਨੂੰ ਪਰਨ ਦੀ ਖਾਤਰ ਅਤੇ ਲੋਕਾਂ ਦੀ ਦੰਦ ਕਥਾ ਬੰਦ ਕਰਨ ਲਈ ਰੂਪ ਨੇ ਤਾਈ ਨੂੰ ਹਾਮੀ ਭਰ ਦਿੱਤੀ ਉਹਨੇ ਖਿਆਲ ਕੀਤਾ ਕਿ ਇਸੇ ਤਰ੍ਹਾਂ ਲੋਕ ਸਮਝਣਗੇ ਕਿ ਉਧਰੋਂ ਨਾ ਸਹੀ ਤਾਂ ਇਧਰੋਂ ਲੈ ਆ ਹੁਣ ਅੰਦਰਲਾ ਫੱਟ ਤਾਂ ਸਾਰੀ ਉਮਰ ਭਰਨਾ ਹੀ ਨਹੀਂ ਹੁਣ ਕਿਸੇ ਯਾਰ ਜੁੱਟ ਤੋਂ ਪੁੱਛ ਲੈ ਤਾਈ ਜ਼ਗੀਰ ਵਾਲੇ ਇਸ਼ਾਰਾ ਕਰਕੇ ਬੋਲੀ ਬਸ ਤਾਈ ਤੂੰ ਵਾਗਰੂ ਬੋਲ ਕੇ ਰੁਪਈਆ ਲਿਆਉਣ ਵਾਲੀ ਗੱਲ ਕਰ ਜਗੀਰ ਨੇ ਵਿੱਚੋਂ ਹੀ ਕਾਲੀ ਨਾਲ ਉੱਤਰ ਦਿੱਤਾ ਰੁਪਈਆ ਤਾਂ ਮੇਰੇ ਕੋਲ ਐ ਮੈਂ ਤਾਂ ਇੱਥੋਂ ਹੀ ਹੱਥ ਤੇ ਧਰ ਦੇਣਾ ਤਾਈ ਸਮਝਦੀ ਸੀ ਕਿ ਜੇ ਬਹੁਤੇ ਦਿਨ ਪੈ ਗਏ ਤਾਂ ਕਿਤੇ ਇਹ ਰਾਈ ਨਾ ਬਦਲ ਜਾਵੇ ਕੰਮ ਉਹ ਜਿਹੜਾ ਹੋ ਜਾਏ ਫਿਰ ਦੇਰ ਕਾ ਦੀਏ ਆਥਣ ਨੂੰ ਪੀਣ ਵਾਲੇ ਬਣੀਏ ਜਗੀਰ ਨੇ ਕਿਹਾ ਤੇ ਉਸਨੇ ਆਪਣੀਆਂ ਮੁੱਛਾਂ ਤੇ ਐਦਾਂ ਹੱਥ ਫੇਰਿਆ ਜਿਵੇਂ ਉਸਨੂੰ ਪੀਣ ਤੋਂ ਅੱਗੇ ਨਸ਼ਾ ਹੀ ਆ ਗਿਆ ਸੀ ਚੰਗਾ ਜੇ ਹੁਣ ਰੁਪਈਆ ਫੜਨਾ ਹੈ ਤਾਂ ਚਾਰ ਭਰਾ ਸੱਦ ਲੋ ਤਾਈ ਨੇ ਕੁਦਰਤੀ ਰਾਸ ਆਉਂਦਿਆਂ ਕੰਮ ਵੇਖ ਕੇ ਖੁਸ਼ੀ ਮਹਿਸੂਸ ਕੀਤੀ ਅਗਵਾੜ ਵਿੱਚ ਰਾਜੀ ਮਰਾਸਣ ਨੇ ਭਾਈਚਾਰੇ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਜਮਾਨ ਜਰਾ ਰੂਪ ਦੇ ਘਰ ਤੱਕ ਕੋਣਾ ਉਹਦੇ ਹੱਥ ਰੁਪਈਆ ਰੱਖਣਾ ਅਗਵਾੜ ਵਿੱਚ ਰੂਪ ਦੇ ਮੰਗਣੇ ਦੀ ਚਰਚਾ ਅੱਗ ਦੇ ਭੁੱਖੇ ਵਾਂਗ ਉੱਠੀ ਤੇ ਚਫੇਰੇ ਖਿਲਰ ਗਈ ਰਾਜੀ ਸਾਧੂ ਨੂੰ ਆਖਣ ਲੱਗੀ ਉਹ ਕੁਦਰਤੀ ਘਰ ਨਹੀਂ ਸੀ ਬਚਨੋ ਨੇ ਹੈਰਾਨ ਹੁੰਦਿਆਂ ਰਾਜੀ ਤੋਂ ਪੁੱਛਿਆ ਅਮੀ ਰੂਪ ਹੱਥ ਰੁਪਈਆ ਹਾਂ ਜਜਮਾਨਨੀ ਰਾਜੀ ਨੇ ਮਾਮੂਲੀ ਮੁਸਕਰਾਉਂਦਿਆਂ ਜਵਾਬ ਦਿੱਤਾ ਕਿਥੋਂ ਕਪੂਰਿਆਂ ਤੋਂ ਨਹੀਂ ਰਾਏਕੋਟੋਂ ਬਿਛਣੀ ਆਪਣੀ ਭਤੀਜੀ ਦਾ ਸਾਕ ਲੈ ਆਉਂਦੀ ਹੈ ਬਚਨੋ ਦਾ ਮੱਥਾ ਠਣ ਗਿਆ ਉਹਦੇ ਧੜਕਦੇ ਦਿਲ ਨਾਲ ਮਨ ਚ ਉਸਨੇ ਕਿਹਾ ਹੈ ਇੱਕ ਅੱਛ ਚਮ ਉਂਗਲੀ ਕਿਧਰੋਂ ਆ ਗਈ ਡੰਗ ਵੀ ਮਾਰੇ ਤੇ ਵਿਉ ਵੀ ਨਾ ਚੜੀ ਜਿਹੜੀ ਸੋਚੀ ਸੀ ਉਹ ਫਿਰ ਵੀ ਉਲਟ ਪੈ ਗਈ ਅੱਛਾ ਬਿਸ਼ਨੋ ਸ਼ਰੀਕਣੀ ਨੇ ਤਾਂ ਟਾਲੀਆਂ ਟਲਣਾ ਹੀ ਨਹੀਂ ਕਿਵੇਂ ਨਾ ਕਿਵੇਂ ਰੂਪ ਨੂੰ ਉਹਦੀ ਵੋਟੀ ਤੋਂ ਪਾੜਾਂਗੀ ਖੁਦਗਰਜ਼ ਮਨ ਵਿਪਚਾਰੀ ਭਾਵਨਾ ਦੇ ਹਥਿਆਰ ਨਾਲ ਜ਼ਿੰਦਗੀ ਦੀ ਤਸੱਲੀ ਜਿੱਤਣਾ ਚਾਹੁੰਦਾ ਪਰ ਉਲਟੇ ਜ਼ਖਮ ਆਪ ਨੂੰ ਹੀ ਲੱਗਦੇ ਨੇ ਜਿਨ੍ਹਾਂ ਦੀ ਪੀੜ ਨਾਲ ਕਰੋੰਦਾ ਸ਼ਰਮਿੰਦਾ ਨਹੀਂ ਹੁੰਦਾ ਜਿਉਣੋਂ ਦੀ ਹੱਕ ਵਿੱਚ ਵੀ ਕਾਲਾ ਨਾਗ ਫੁੰਕਾਰੇ ਮਾਰਦਾ ਲੰਘ ਗਿਆ ਚੁਗਲਖੋਰ ਆਪਣੇ ਜ਼ਮੀਰ ਨਾਲ ਜ਼ਬਰਦਸਤੀ ਕਰਕੇ ਕੁਝ ਸਮੇਂ ਲਈ ਭਾਵੇਂ ਖੁਸ਼ ਹੋ ਜਾਏ ਪਰ ਅਸਲੀਅਤ ਦਾ ਨੰਗਾ ਅਸਰ ਉਸਦੀ ਥੋਥੀ ਖੁਸ਼ੀ ਨੂੰ ਸਦੀਵੀ ਪਛਤਾਵੇ ਵਿੱਚ ਬਦਲ ਦਿੰਦਾ ਹੈ ਜ਼ਗੀਰ ਦੀ ਮਾਂ ਨੇ ਰੂਪ ਦੇ ਘਰ ਬੁਹਾਰੀ ਫੇਰੀ ਤੇ ਕਾਕੇ ਹੋਰਾਂ ਆਦਮੀਆਂ ਦੇ ਬੈਠਣ ਲਈ ਮੰਜੇ ਢਾ ਦਿੱਤੇ ਹੌਲੀ ਹੌਲੀ ਲੋਕਾਂ ਦੀ ਤਕੜੀ ਭੀੜ ਜੁੜ ਗਈ ਤੇ ਰੂਪ ਦੇ ਮੂੰਹ ਮੁਲਾਜ਼ੇਦਾਰ ਸਾਰੇ ਆ ਗਏ ਬਿਸ਼ਨੋ ਦੇ ਮਾਲਕ ਨੇ ਸਾਰਿਆਂ ਸਾਹਮਣੇ ਰੁਪਈਆ ਰੱਖ ਦੇ ਆਖਿਆ ਬਾਸੀਕ ਕੰਨਿਆ ਦਾ ਹੀ ਦਾਨ ਹੈ ਸਾਬਾਸ਼ੋ ਕਿਤੇ ਥੋੜੀ ਨੇਕੀ ਹੈ ਪੰਚਾਇਤ ਵਿੱਚੋਂ ਇੱਕ ਬਿਰਧ ਨੇ ਮੋੜ ਦੰਦਿਆਂ ਕਿਹਾ ਰੂਪ ਨੇ ਮੂੰਹ ਵਿੱਚ ਛਗਨ ਦੀ ਸ਼ੱਕਰ ਦੀ ਰੋੜੀ ਲਾਈ ਤੇ 나ਈ ਨੇ ਸ਼ੱਕਰ ਵੰਡਣੀ ਸ਼ੁਰੂ ਕਰ ਦਿੱਤੀ ਯਾਰਾਂ ਜੁਟਾਂ ਰੂਪ ਨੂੰ ਮੁਸਕਰਾਉਂਦਿਆਂ ਅੱਖਾਂ ਨਾਲ ਵਧਾਈਆਂ ਦੇਣੀਆਂ ਸ਼ੁਰੂ ਕੀਤੀਆਂ ਤੇ ਆਂਡਣਾ ਗਵਾਂਡਣਾ ਨੇ ਵਿਸ਼ਨੋ ਦੀ ਨੇਕੀ ਦੀ ਪ੍ਰਸ਼ੰਸਾ ਕੀਤੀ ਰੂਪ ਨੇ ਰਾਜੀ ਤੇ 나ਈ ਨੂੰ ਲਾਗ ਦੇ ਕੇ ਖੁਸ਼ ਕਰ ਦਿੱਤਾ ਸੱਖਣੇ ਕਰਦੇ ਮੁੜ ਭਾਗ ਜਾ ਗਏ ਵੋਟੀਆਂ ਦੀਆਂ ਪੜਤੀਆਂ ਦੀਆਂ ਛਣਕਾਰਾਂ ਬਿਨਾ ਕਿਸੇ ਸੁੱਤੇ ਕਰਦੀ ਕਿਸਮਤ ਕਿਵੇਂ ਖੁੱਲ ਸਕਦੀ ਹੈ ਉਹਦੀਆਂ ਬਾਕਾਂ ਦੀ ਟੁਣਕਾਰ ਚੁੱਲ੍ਹੇ ਚੌਂਕੇ ਦਾ ਸ਼ਿੰਗਾਰ ਬਣ ਜਾਂਦੀ ਹੈ ਜਗੀਰ ਨੇ ਖੁਸ਼ ਹੁੰਦਿਆਂ ਤਾਈ ਵਿਸ਼ਨੂ ਨੂੰ ਆਖਿਆ ਤਾਈ ਹੁਣ ਵਿਆਹ ਵੀ ਦਿਨਾਂ ਦਾ ਹੀ ਲਿਆ ਦੇ ਅੱਜ ਸਵੇਰ ਦੇ ਹੀ ਛਗਣ ਚੰਗੇ ਹੁੰਦੇ ਐ ਡੱਡੀਏ ਤੁਸੀਂ ਆਪਣੀ ਤਿਆਰੀ ਕਰੋ ਤਾਈ ਨੇ ਕਣਕਵੰਨੇ ਰੰਗ ਵਿੱਚ ਖੁਸ਼ੀ ਚਮਕ ਰਹੀ ਸੀ ਤਿਆਰੀ ਵਾਲਾ ਤੂੰ ਫਿਕਰ ਨਾ ਕਰ ਤਾਈ ਜਗੀਰ ਨੇ ਮੋਢੇ ਉੱਚੇ ਹੋ ਕੇ ਕਿਹਾ ਕਾਕੇ ਤੇ ਜੈਲੋਂ ਨੇ ਠੇਕੇ ਨੂੰ ਘੋੜੀ ਦੀਆਂ ਵਾਂਗਾਂ ਚੁੱਕ ਦਿੱਤੀਆਂ ਤੇ ਜ਼ਗੀਰ ਹੋਰਾਂ ਬੱਕਰਾ ਝਟਕਾ ਕੇ ਮਸਾਲਾ ਰਗੜਨਾ ਸ਼ੁਰੂ ਕਰ ਦਿੱਤਾ ਰੂਪ ਦੇ ਘਰ ਜੱਲੀਆਂ ਪੈਣ ਲੱਗੀਆਂ ਜ਼ਗੀਰ ਦੇ ਘਰੋਂ ਕੋਈ ਚੀਜ਼ ਲੈਣ ਜਾਂਦੇ ਆ ਰੂਪ ਨੂੰ ਬਚਨੋਂ ਮਿਲ ਗਈ ਤੇ ਉਸਨੇ ਹੱਸਣ ਦੇ ਯਤਨ ਨਾਲ ਕਿਹਾ ਵਧਾਈਆਂ ਰੱਬ ਤੈਨੂੰ ਵੀ ਵਧਾਵੇ ਤੇਰਾ ਵੀ ਮੰਗਣਾ ਕਰੇ ਵਧਾਈਆਂ ਦੰਨਿਆਂ ਨੂੰ ਖੇਡਾਂ ਕਰਦਾ ਤੇਰੀਆਂ ਵਧਾਈਆਂ ਤਾਂ ਸੀ ਤੂੰ ਆਪ ਲਿਆ ਕੇ ਸਾ ਕਰੋਂਦੀ ਇਹਨਾਂ ਫੋਕੀਆਂ ਵਧਾਈਆਂ ਦਾ ਕੀ ਆਸਰਾ ਕੁਦਰਤੀ ਸੱਚੀ ਗੱਲ ਕਹਿ ਕੇ ਰੂਪ ਅੱਗੇ ਤੁਰ ਗਿਆ ਤਾਂ ਬਚਨੋ ਤਲਕ ਹੁੰਦੀ ਰਹਿ ਗਈ। ਸ਼ਰਾਬ ਆ ਜਾਣਦੇ ਪੈਗ ਚੱਲ ਪਏ ਤੇ ਕੱਚ ਦੇ ਗਲਾਸਾਂ ਨਾਲ ਬੋਤਲ ਦੇ ਗਲ ਦਾ ਟਕਰਾਹ ਤੇ ਉਹਨਾਂ ਦੇ ਹਾਸੇ ਦੀ ਸਾਂਝੀ ਛਣਕਾਰ। ਹੱਸੇ ਚਿਹਰਿਆਂ ਉੱਤੇ ਨਸ਼ੇ ਦੀਆਂ ਸੁਈਆਂ ਫੁੱਕਾ ਮਾਰ ਰਹੀ ਸੀ। ਉਹਨਾਂ ਨੇ ਜੁੜਿਡ ਹੋਈ ਢਾਣੀ ਵਿੱਚ ਗਿਆਨੀ ਵੀ ਆ ਗਿਆ। ਸਾਰਿਆਂ ਨੇ ਉਹਨੂੰ ਪੀਣ ਲਈ ਪ੍ਰੇਰਿਆ ਤੇ ਰੂਪ ਨੇ ਬੋਤਲ ਤੇ ਗਲਾਸੀਓ ਦੇ ਅੱਗੇ ਰੱਖਦਿਆਂ ਕਿਹਾ ਭਾਵੇਂ ਕਤਰਾ ਕੋ ਪੀ ਲੈ। ਪੀਣੀ ਤੇ ਮੈਂ ਹੈ ਹੀ ਨਹੀਂ। ਜੇ ਤੁਸੀਂ ਜਿੱਦ ਕਰਦੇ ਹੋ ਤਦ ਸਾਕੀ ਬਣ ਕੇ ਸਾਰਿਆਂ ਨੂੰ ਵਰਤਾਈ ਜਾਣਾ। ਗਿਆਨੀ ਸਾਕੀ ਬਣ ਕੇ ਵਰਤੋਂਦਾ ਰਿਹਾ ਤੇ ਜਵਾਨ ਤੇ ਪਿਆਸੇ ਬੁੱਲ ਸ਼ਰਾਬ ਚ ਡੁੱਬਦੇ ਰਹੇ ਤੇ ਚਿੱਟੀਆਂ ਅੱਖਾਂ ਚੋਂ ਡੋਰੇ ਵਗਦੇ ਰਹੇ ਕਾਕੇ ਨੇ ਨਸ਼ਈ ਹੋ ਕੇ ਜੈਲੋ ਤਰਖਾਣੀ ਨੂੰ ਗੱਲ ਰੜਕਾਉਂਦਿਆਂ ਬੋਲੀ ਪਾਈ ਚੰਦਰੀ ਦੀ ਜਾਤ ਤਖਾਣੀ ਚੂੜਾ ਪਾ ਕੇ ਸੱਕ ਹੁੰਜਦੀ ਸਾਰੇ ਹੱਸ ਪੇਤ ਚੇਪਰ ਗਿਆ ਜੈਲੋ ਤੇ ਕਾਕੇ ਦਾ ਨਸ਼ਾ ਆਪਣੀ ਕਾਮਯਾਬੀ ਦੇ ਮਾਣ ਚ ਤੇਜ਼ ਤੋਂ ਉੱਚਾ ਤੇ ਉੱਚੇ ਤੋਂ ਅਕੜੇਵੇਂ ਚ ਬਦਲਦਾ ਜਾ ਰਿਹਾ ਸੀ ਪੂਰੇ ਸਰੂਰ ਚ ਆ ਜਾਣ ਕਰਕੇ ਰੂਪ ਦੇ ਅੰਦਰ ਕਿਸੇ ਦੀ ਚਾਨਣੀ ਆਦ ਦਾ ਚਾਨਣ ਛੜ ਗਿਆ ਨਸ਼ੇ ਤੇ ਯਾਦ ਦਾ ਸੇਕ ਉਹਦੇ ਹਿਰਦੇ ਨੂੰ ਪਗਲਾਈ ਜਾ ਰਿਹਾ ਸੀ ਉਹਨੇ ਇੱਕ ਵਾਰ ਹੀ ਗੁੱਸਾ ਛਲਕਾਉਂਦਿਆਂ ਜਿਉਂ ਨੇ ਨੂੰ ਗਾਲ-ਗੱਡ ਮਾਰੀ ਫਿਰ ਸਾਰਿਆਂ ਨੇ ਸਮਝਾਇਆ ਗਿਆਨੀ ਨੇ ਉਹਨਾਂ ਦੇ ਪਾਗਲਪਨ ਨੂੰ ਥੋੜੇ ਗੁੱਸੇ 'ਚ ਘੂਰ ਦਿੱਤਾ ਪਰ ਜਦੋਂ ਘਰੋਂ ਕਰੀ ਜਾਣ ਲੱਗੇ ਤਦ ਕਾਕੇ ਤੇ ਜੈਲ ਨੂੰ ਰਾਹ 'ਚ ਜਿਉਣਾ ਮਿਲ ਗਿਆ ਕਾਕੇ ਨੇ ਜਾਣ ਕੇ ਉਹਦੇ ਮੋਢਾ ਮਾਰਿਆ ਉਹ ਕੁਝ ਰੁੱਕ ਕੇ ਕਹਿਣ ਲੱਗਾ ਸੀ ਕਿ ਜੈਲੋ ਨੇ ਉਹਦੇ ਵੱਟ ਕੇ ਹੂਰਾ ਮਾਰਿਆ ਜਿਉਣਾ ਉਹਨਾਂ ਦੀ ਨੀਅਤ ਬਦਲੀ ਵੇਖ ਕੇ ਪਰੇ ਨੂੰ ਭੱਜ ਗਿਆ ਉਹ ਕਿਸੇ ਨੂੰ ਵੀ ਨਾ ਦੱਸਿਆ ਕਿ ਕਾਕੇ ਹੋਰਾਂ ਤੋਂ ਮੁੱਕਾ ਖਾ ਕੇ ਆਇਆ ਰੂਪ ਦੇ ਆਖਣ ਤੇ ਵਿਚੋਲਣ ਨੇ ਥੋੜੇ ਦਿਨਾਂ ਦਾ ਵਿਆਹ ਲਿਆ ਦਿੱਤਾ ਤੇ ਬਿਸ਼ਨੋ ਨੂੰ ਅੰਦਰੋਂ ਇੱਕ ਚਿੰਤਾ ਖਾ ਰਹੀ ਸੀ ਕਿ ਕਿਤੇ ਰੂਪ ਜਵਾਬ ਦੇ ਕੇ ਹੋਰ ਸਾਖਣਾ ਲੈ ਲਵੇ ਉਹ ਚਾਹੁੰਦੀ ਸੀ ਕਿ ਕਿਹੜਾ ਵੇਲਾ ਹੋਵੇ ਜਦ ਰੂਪ ਵਿਆਹਿਆ ਜਾਏ ਜਿਵੇਂ ਆਪਣੀ ਭਤੀਜੀ ਉਹਦੇ ਗਲ ਪਾ ਹੀ ਦੇਣਾ ਚਾਹੁੰਦੀ ਸੀ ਜਿਉਂ-ਜਿਉਂ ਵਿਆਹ ਦੇ ਦਿਨ ਨੇੜੇ ਆਉਂਦੇ ਜਾ ਰਹੇ ਸਨ ਰੂਪ ਨੂੰ ਜ਼ਿੰਮੇਵਾਰੀ ਦੇ ਫਿਕਰ ਦਾ ਅਨੁਭਵ ਹੋਣ ਲੱਗ ਪਿਆ ਉਹਨੇ ਆਪਣੀ ਭੈਣ ਬਸੰਤਕੌਰ ਨੂੰ ਨੱਥ ਨਾਈ ਕੱਲ ਕੇ ਮੰਗਵਾ ਲਿਆ ਤੇ ਭਰਾ ਦਾ ਵਿਆਹ ਸੁਣ ਕੇ ਬਸੰਤਕੌਰ ਹਰੀ ਹੋ ਗਈ ਹਰ ਵਿਆਹੀ ਕੁੜੀ ਨੂੰ ਆਪਣੇ ਮਾਪਿਆਂ ਉੱਤੇ ਨਰੋਆ ਮਾਣ ਹੁੰਦਾ ਤੇ ਇਹ ਮਾਣ ਤਦ ਹੀ ਕਾਇਮ ਰਹਿ ਸਕਦਾ ਹੈ ਜੇ ਮਾਪਿਆਂ ਦਾ ਘਰ ਫਲਿਆ ਫੁੱਲਿਆ ਰਹੇ ਹਰ ਭੈਣ ਭਰਾ ਨੂੰ ਆਪਾ ਵਾਰ ਕੇ ਵਸਦਾ ਵੇਖਣਾ ਚਾਹੁੰਦੀ ਹੈ ਜ਼ਗੀਰ ਦੀ ਮਾਂ ਤੇ ਬਸੰਤਕੌਰ ਦੇ ਵਿਆਹ ਦਾ ਸਿੱਧਾ ਖੰਡ ਕਿ ਉਹ ਚੋਲ ਸ਼ੱਕਰ ਗੁੜ ਤੇ ਆਟੇ ਆਦਿ ਦਾ ਲੋੜ ਅਨੁਸਾਰ ਬੰਦੋਬਸਤ ਕੀਤਾ ਵਿਚੋਲਣ ਦੀ ਰਾਏ ਨਾਲ ਵਰੀ ਖਰੀਦੀ ਗਈ ਉਹ ਚਾਹੁੰਦੀ ਸੀ ਕਿ ਘੱਟ ਤੋਂ ਘੱਟ 5 ਟੂਮਾ ਸੋਨੇ ਦੀਆਂ ਸੱਗੀ ਫੁੱਲ ਵਾਲੇ ਬੰਦਤ ਸਿੰਘ ਤਵੀਤ ਤੇ ਨੱਥ ਜ਼ਰੂਰ ਚਾਹੀਦੀਆਂ ਹਨ ਪੈਰਾਂ ਨੂੰ ਚਾਂਦੀ ਦੀਆਂ ਪਟੜੀਆਂ ਵੀ ਚਾਹੀਦੀਆਂ ਹਨ ਰੂਪ ਨੇ ਉਸਦੀ ਮੰਗ ਤੋਂ ਦੋ ਟੂਮਾ ਵੱਧ ਬਣਵਾ ਕੇ ਉਹਨੂੰ ਖੁਸ਼ ਕਰ ਦਿੱਤਾ ਬਸੰਤ ਕੌਰ ਨੇ ਵਾਲਿਆਂ ਦੀ ਥਾਂ ਪੀਪਲ ਪੱਤੀਆਂ ਤੇ ਨੱਥ ਦੀ ਥਾਂ ਛਾਪ ਕਰਾਉਣ ਲਈ ਜ਼ੋਰ ਦਿੱਤਾ ਸੁਨਿਆਰੇ ਨੇ ਜੱਟ ਨੂੰ ਸੋਨੇ ਦੀ ਮੁਰਗੀ ਸਮਝ ਕੇ ਬੇਦਰਦੀ ਨਾਲ ਲੁੱਟਿਆ ਪਰ ਟੂਮਾ ਬਣਾ ਕੇ ਮੂੰਹੋਂ ਬੁਲਾ ਦਿੱਤੀਆਂ ਦਰਜੀ ਨੇ ਵਰੀ ਤਿਆਰ ਕਰਨ ਲਈ ਆਪਣੀ ਹੁਸਤਾਦੀ ਦੇ ਹੱਥ ਵਿਖਾਏ ਜਗੀਰ ਹੋਰਾਂ ਨੇ ਰੂਪ ਦੇ ਨਾਂ ਨੁੱਕਰ ਕਰਦਿਆਂ ਵੀ ਜੰਝ ਨਾਲ ਚੱਲਣ ਲਈ ਬੁੱਗੇ ਗਵੰਤਰੀ ਨੂੰ ਸਾਈ ਦੇ ਦਿੱਤੀ ਜੰਝ ਪਾਵੇਂ ਰਾਏਕੋਟ ਵਾਲਿਆਂ ਬਹੁਤੀ ਨਹੀਂ ਸੌਂਦੀ ਸੀ ਫੇਰ ਵੀ ਨਿੱਕੇ ਮੋٹے ਗਿਣ ਕੇ 30 ਆਦਮੀ ਹੋ ਗਏ ਕਿਸੇ ਗੱਲੋਂ ਰੜਕ ਨਹੀਂ ਰਹਿਣ ਦੇਣੀ ਹਰ ਗੱਲ 'ਚ ਜਗੀਰ ਰੂਪ ਨੂੰ ਆਖਦਾ ਸੀ ਤੇ ਮਿੱਤਰ ਦੇ ਵਿਆਹ ਦੀ ਖੁਸ਼ੀ ਆਪਣੇ ਵਿਆਹ ਨਾਲੋਂ ਘੱਟ ਨਹੀਂ ਹੁੰਦੀ ਸਾਰੇ ਮੁੰਡਿਆਂ ਨੇ ਮੋਚੀਆਂ ਤੇ ਦਰਜੀਆਂ ਨੂੰ ਵਕਤ ਪਾਇਆ ਹੋਇਆ ਸੀ ਸਾਰੇ ਅਗਵਾੜ 'ਚ ਰੂਪ ਦੇ ਵਿਆਹ ਦੀ ਖੁਸ਼ੀ 'ਚ ਜਵਾਨੀ ਆਈ ਹੋਈ ਸੀ ਬਰਾਤ ਤੁਰਨ ਤੋਂ ਕੁਝ ਸਮਝ ਅੱਗੋ ਦਿਯਾਲਾ ਵੀ ਘੋੜੀ ਉੱਤੇ ਆ ਗਿਆ ਚੰਨੋ ਨੇ ਸ਼ਾਮੋ ਦੀ ਮਾਫਕਤ ਕੱਪੜੇ ਤੇ 5 ਰੁਪਏ ਸਲਾਮੀ ਵੱਜੋ ਕੱਲੇ ਸਨ ਕੱਪੜੇ ਤੇ ਰੁਪਏ ਦੇਖ ਕੇ ਰੂਪ ਦਾ ਦਿਲ ਮੁੜ ਹੋਲਾ ਪੈ ਗਿਆ ਚੰਨੋ ਦੀ ਵਫਾਦਾਰੀ ਤੇ ਪਿਆਰ ਸਦਕ ਕਿੰਨਾ ਲੰਮਾ ਹੁੰਦਾ ਜਾ ਰਿਹਾ ਹੈ ਉਹ ਆਪਣੇ ਪ੍ਰੇਮੀ ਦਾ ਖਿਆਲ ਰੱਖਦੀ ਸੀ ਕੁਝ ਐ ਪਿਛਲੇ ਜਨਮ ਦੀ ਜਾਂ ساری ਉਮਰ ਕਰ ਲਾਉਂਦੀ ਰਹੂ ਜਗੀਰ ਦੇ ਰੂਪ ਦੇ ਮਨੋਪਾਵਾਂ ਨੂੰ ਪ੍ਰੋੜਤਾ ਨਾਲ ਆਖਿਆ ਰੋੜ ਠਿਕਰੀਆਂ ਤਜਗੀਰ ਥਾਂ-ਥਾਂ ਰੁਲਦੇ ਆ ਪਰ ਚੰਨੋ ਵਰਗਾ ਮੀਤ ਕਿਤੋਂ ਨਹੀਂ ਲੱਭਦਾ ਰੂਪ ਦਾ ਅੰਦਰ ਪਿਆਰ ਨਾਲ ਰਲ ਰਜ਼ ਰਿਹਾ ਸੀ। ਦਿਆਲਾ ਵੀ ਜੰਝ ਦੀ ਤਿਆਰੀ ਕਰਕੇ ਆਇਆ ਸੀ ਉਸਦੇ ਆਉਂਦਿਆਂ ਹੀ ਅਰਜਨ ਦੀ ਜੋਟੀ ਜੁੜ ਗਈ। ਉਹਨਾਂ ਇਕੱਠਿਆਂ ਨੇ ਰੋਟੀ ਖਾਧੀ ਤੇ ਆਪਣੀ ਘੋੜੀ ਦੀਆਂ ਗੱਡੀਆਂ ਨੂੰ ਝਾੜ ਸਵਾਰ ਕੇ ਕੱਸਿਆ। ਨੱਥੀ ਨਾਈ ਰੂਪ ਨੂੰ ਵਟਣਾ ਮਲ ਕੇ ਣਾਉਣ ਲੱਗਾ। ਰਾਜੀ ਖੁਰਲੀ ਤੇ ਬੈਠੀ ਢੋਲ ਗਲਚਪਾਈ ਵਜਾ ਰਹੀ ਸੀ ਤੇ ਉਸਦੇ ਗੀਤ ਕਿਸੇ ਨੂੰ ਸਮਝ ਨਹੀਂ ਸੀ ਆ ਰਹੀ। ਕੁੜੀਆਂ ਨੇ ਵਟਣੇ ਦਾ ਗੀਤ ਸ਼ੁਰੂ ਕੀਤਾ। ਗੱਡਾ ਤੇ ਰਤ ਸ਼ਿੰਗਾਰ ਕੇ ਬਾਅਦ ਅੱਗੇ ਲਿਆ ਖਲਾਰੇ ਬਲਦਾਂ ਦੇ ਸਿੰਘ ਚੋਪੜ ਕੇ ਉਹਨਾਂ ਨੇ ਗਲੀ ਘੁੰਗਰਾਲਾਂ ਤੇ ਟੱਲੀਆਂ ਪਾਈਆਂ ਹੋਈਆਂ ਪੁਰਾਣੇ ਰਸੇ ਬਦਲ ਕੇ ਨਵੇਂ ਰੰਗਵੇਂ ਪਾਏ ਬੋਤੇ-ਬੋਤੀਆਂ 10-12 ਹੋ ਗਏ ਵਾਜੇ ਵਾਲਿਆਂ ਲੰਮੀਆਂ ਹੇਕਾਂ ਵਜਾਈਆਂ ਮਰਾਸੀਆਂ ਨੇ ਘੋੜੀਆਂ ਗਾਈਆਂ ਕੁੜੀਆਂ ਫੁਲਕਾਰੀ ਤਾਣ ਕੇ ਪਹਿਲਾ ਰੂਪ ਦਾ ਸਾਈਂ ਦਾਸ ਦਾ ਡੇਰੇ ਮੱਥਾ ਟਿਕਵਾਇਆ ਸਾਈਂ ਦਾਸ ਨੇ ਆਸ਼ੀਰਵਾਦ ਦਿੱਤੀ ਮੂੜ ਕੁੜੀਆਂ ਰੂਪ ਨੂੰ ਛੱਪੜ ਤੱਕ ਗੌਂਦੀਆਂ ਵਿਦਾ ਕਰਨ ਆਈਆਂ ਜਿੱਥੇ ਵਿਆਨਦੜ ਰੱਬ ਨੂੰ ਉਡੀਕ ਰਿਹਾ ਸੀ ਸੋ ਸ਼ਗਨ ਮਨਾ ਕੇ 1000 ਅਸੀਸ ਲੈ ਕੇ ਬਰਾਤ ਪਿੰਡੋਂ ਵਿਦਾ ਹੋਈ ਰਾਹ ਵਿੱਚ ਸਵਾਰੀਆਂ ਵਾਲਿਆਂ ਨੇ ਸ਼ਰਤਾਂ ਲਾ ਕੇ ਘੋੜੀਆਂ ਤੇ ਬੋਤੇ ਪਜਾਏ ਤੇ ਕਈਆਂ ਨੇ ਬੋਤਲਾਂ ਜਿੱਤੀਆਂ ਸਾਰਿਆਂ ਇੱਕ ਥਾਂ ਟਾਂਲੀ ਟਾਲੀ ਦੀ ਚ ਸੰਗਣੀ ਛਾਂ ਵੇਖ ਕੇ ਸਮਾ ਆਪ ਆਰਾਮ ਕੀਤਾ ਤੇ ਪਸ਼ੂਆਂ ਨੂੰ ਵੀ ਦਮ ਦਵਾ ਕੇ ਪਾਣੀ ਪਿਾਇਆ ਕਈਆਂ ਕਾਲਿਆਂ ਉੱਥੋਂ ਹੀ ਪੀਣੀ ਸ਼ੁਰੂ ਕਰ ਦਿੱਤੀ ਕੋੜੀਆਂ ਨੂੰ ਚাবਕਾ ਮਾਰ ਕੇ ਤਿੱਖੀਆਂ ਕੀਤਾ ਤੇ ਜ਼ਗੀਰ ਨੇ ਮੁੱਛਾਂ ਤੇ ਹੱਥ ਫੇਰਦੇ ਆਖਿਆ ਲੈ ਬਾਈ ਸਵਾਰੀਆਂ ਵਾਲਿਓ ਪਿੰਡ ਵੱਲਣਾ ਬਾਈ ਫਿਕਰ ਕੀ ਕਰਦਾ ਪੈੜਾਂ ਹੁੰਦੀਆਂ ਵੇਖੀ ਦਿਆਲੇ ਨੇ ਘੋੜੀ ਦੀ ਵਾਂਗ ਚੁੱਕ ਕੇ ਅੱਡੀ ਲਟਕਾਉਂਦਿਆਂ ਕਿਹਾ ਮੁੱਛਾਂ ਖੜੀਆਂ ਕਰ ਲੈ ਮੁੱਛਾਂ ਰੂਪ ਨੇ ਜ਼ਗੀਰ ਨੂੰ ਮਸ਼ਕਰੀ ਕੀਤੀ ਮੂਰੇ ਕੁਛ ਦਿਸਦਾ ਨਹੀਂ ਬਾਈ ਨੂੰ ਆਂਦਾ ਆ ਜਦੋਂ ਕੁਛ ਦਿਸਦਾ ਤੈਨੂੰ ਮੁੱਛਾਂ ਪੂਛ ਚੁੱਕਦੀਆਂ ਵੇਖੀ ਸਾਰੀ ਜੰਝ ਚਮਾ ਜੇ ਕਾਮਖੀ ਹੋਈ ਰਾਏਕੋਟ ਦੀ ਨਿਆਈ ਚ ਜਾ ਪੁੱਜੀ ਤੇ ਪਿੰਡ ਦੀ ਪੰਚਾਇਤ ਉਹਨਾਂ ਨੂੰ ਅੱਗੇ ਲੈਣ ਆਈ ਹੋਈ ਸੀ ਪੰਚਾਇਤ ਫਤਿਹ ਬੁਲਾ ਕੇ ਮਿਲੀ ਕਾਲੇ ਗੱਬਰੂਆਂ ਨੇ ਪਿੰਡ ਦੇ ਉਤੋਂ ਦੀ ਘੋੜੀਆਂ ਛੇੜ ਦਿੱਤੀਆਂ ਤੇ ਕੁਝ ਸਿਆਣੇ ਬਿਰਦ ਆਦਮੀ ਪੰਚਾਇਤ ਨਾਲ ਤੁਰ ਪਏ ਵਾਜੇ ਵਾਲਿਆਂ ਲਈ ਸੂਰਾਂ ਤੇ ਢੋਲ ਦੀ डम-ਡਮ-ਡਮ ਨੇ ਕੁੜੀਆਂ ਨੂੰ ਬਨੇਰਿਆਂ ਤੇ ਲੈ ਆਂਦਾ ਪਿੰਡ ਦੀ ਸੱਤ ਚ ਜੈਲੋ ਨੇ ਜੈਲੋ ਦੇ ਪਿਓ ਨੇ ਪੈਸੇ ਸੁਟੇ ਉਸਨੇ 5-6 ਮੁਠੀਆਂ ਹੀ ਸੁਟੀਆਂ ਸੀ ਕਿ ਪੰਚਾਇਤ ਉਹਨਾਂ ਨੂੰ ਇੱਕ ਆਦਮੀ ਨੇ ਬਾਹ ਫੜ ਕੇ ਰੋਕ ਦਿੱਤਾ ਗਲੀਆਂ 'ਚ ਆ ਕੇ ਬੜਦ ਵੀ ਆਕੜ-ਆਕੜ ਕੇ ਤੁਰਨ ਲੱਗੇ ਉਹਨਾਂ ਦੀਆਂ ਟੱਲੀਆਂ ਤੇ ਕੁੰਗਰਾਲਾਂ ਦੀ ਆਵਾਜ਼ ਆਪ ਮੁਹਾਰੇ ਸ਼ੋਰ ਵਿੱਚ ਤਾਲ ਦੇ ਰਹੀ ਸੀ ਜੰਝ ਨੂੰ ਇੱਕ ਧਰਮਸ਼ਾਲਾ 'ਚ ਉਤਾਰ ਦਿੱਤਾ ਗਿਆ ਤੇ ਸਵਾਰੀਆਂ ਲਈ ਵੱਖੋ-ਵੱਖਰੇ ਖੁੱਲੇ ਵੇੜੇ ਦਾ ਇੱਕ ਮਕਾਨ ਪਹਿਲਾਂ ਹੀ ਸਵਾਰੀ ਰੱਖਿਆ ਸੀ ਯੂਂ ਜਾਪਦਾ ਸੀ ਕਿ ਰਾਇਕੋਟ ਦੇ ਖਾਮੋਸ਼ ਤੇ ਸੁੱਤੇ ਪਿੰਡ ਨੂੰ ਜਾਨੀ ਰੂਹਾਂ ਨੇ ਹਲੂਣ ਕੇ ਰੱਖ ਦਿੱਤਾ ਹੈ ਗਲੀਆਂ ਮੁਹੱਲੇ ਭਰੇ ਭਰੇ ਜਾਪਦੇ ਸਨ ਜਿਨ੍ਹਾਂ ਕੁੜੀਆਂ ਨੇ ਰੱਬ ਤੋਂ ਉੱਤਰਦਿਆਂ ਰੂਪ ਟਕੂਆ ਫੜਿਆ ਵੇਖਿਆ ਉਹਨਾਂ ਨੇ ਸਾਰੇ ਪਿੰਡ 'ਚ ਧੁਮਾ ਦਿੱਤਾ ਕਿ ਪ੍ਰੋਣੇ ਤੇ ਕੋਈ ਰੂਪ ਹੈ ਜਾਨੀ ਚੰਦ ਸਮਾਨੋ ਲਾਇਆ ਪਿਆ ਕੁੜੀਆਂ ਨੇ ਆਨੀ ਬਹਾਨੀ ਧਰਮਸ਼ਾਲਾ ਅੱਗੋਂ ਲੰਘਦਿਆਂ ਪ੍ਰੋਣੇ ਨੂੰ ਖਚਰੀਆਂ ਨਜ਼ਰਾਂ ਨਾਲ ਤੱਕਿਆ ਇਸ਼ਨਾਨ ਕਰਨ ਲਈ ਤਾਂ ਰਮਸ਼ਾਲਾ ਦੇ ਖੂਹੀ ਉੱਤੇ ਕੁੰਡ ਭਰੇ ਹੋਏ ਸਨ ਤੇ ਇੱਕ ਸੇਵਾਦਾਰ ਡੋਲ ਖਿੱਚ ਰਿਹਾ ਸੀ ਵਾਰੀ-ਵਾਰੀ ਸਾਰੇ ਜੰਜੀ ਨਾ ਕੇ ਠੰਡੇ ਹੋ ਗਏ ਤੇ ਫਿਰ ਕਰਦਿਆ ਨੇ ਸਰਦਈ ਵਾਲਾ ਪਾਣੀ ਲਿਆਂਦਾ ਤੇ ਪਹਿਲਾ ਗਲਾਸ ਸ਼ਗਨ ਵੱਜੂ ਰੂਪ ਨੂੰ ਦਿੱਤਾ ਗਿਆ ਇਕ ਚਾਹ ਪਿਆ ਕੇ ਚਾਹ ਮੰਗਵਾ ਕੇ ਪੀਤੀ ਗਈ ਇਸ਼ਨਾਨ ਕਰਕੇ ਤੇ ਪਾਣੀ ਧਾਣੀ ਪੀ ਕੇ ਜੰਦ ਨੇ ਸੁਰਤ ਫੜ ਲਈ ਗਰਮੀ ਦੀ ਰੁੱਤ ਕਰਕੇ ਸਾਰੇ ਹੱਕਲ-ਮੱਕਲ ਹੋਏ ਪਏ ਸਨ ਸੂਰਜ ਡੁੱਬ ਚੁੱਕਾ ਸੀ ਗੱਭਰੂ ਮੁੰਡੇ ਬਾਹਰ ਢੇੜਾ ਮਾਰਨ ਲਈ ਸਹਿਨ ਤਾਂ ਮਲਾਈਆਂ ਅਸੀਂ ਤਾਂ ਕੁੱਟ-ਕੁੱਟ ਪੀ ਕੇ ਨਿਕਲਾਂਗੇ ਸੋਫੀਆ ਨੂੰ ਤਾਂ ਕੁਝ ਦੱਸਣਾ ਹੀ ਨਹੀਂ ਜ਼ਗੀਰ ਨੇ ਆਪਣੇ ਟਰੰਕ ਚੋਂ ਬੋਤਲ ਕੱਢ ਲਈ ਇੱਥੇ ਆਓ ਜੀ ਨੇ ਸ਼ਰਾਬੀ ਹੋਣਾ ਅਰਜਨ ਨੇ ਗਲੀ ਦਾ ਮੋੜ ਮੁੜਦਿਆਂ ਦੋ ਮੁਟਿਆਰਾਂ ਨੂੰ ਦੇਖ ਕੇ ਆਖਿਆ ਕੁੜੀਆਂ ਵੀ ਥੋੜੀ ਵਾਟ ਲੰਘ ਕੇ ਮੂੰਹ ਅੱਗੇ ਚੁੰਨੀ ਦਾ ਪੱਲਾ ਦੇ ਕੇ ਹੱਸ ਪਈਆਂ ਅਰਜਨ ਨੇ ਮੁੜ ਕੇ ਕੁੜੀਆਂ ਨੂੰ ਸੁਣਾਉਣ ਲਈ ਕਾਨੀ ਮਾਰੀ ਉਹ ਮੈਂ ਸਦਕੇ ਜਾਵਾਂ ਜੋੜੀ ਦੇ ਸਾਲਿਆ ਕਿਉਂ ਇੱਥੇ ਵੀ ਬਿਸtre ਗੋਲ ਕਰਾਉਣੇ ਐ ਅਜੇ ਤਾਂ ਵਿਛਾਏ ਵੀ ਨਹੀਂ ਜ਼ਗੀਰ ਨੇ ਅਰਜਨ ਦੀ ਗੱਲ ਤੇ ਅੰਦਰੋਂ ਖੁਸ਼ ਹੋ ਕੇ ਪਰ ਬਾਹਰੋਂ ਤਾਨਾ ਮੋੜਦਿਆਂ ਕਿਹਾ ਰੂਪ ਤੋਂ ਬਿਨਾ ਸਾਰੇ ਜੰਜੀ ਰੋਟੀ ਖਾਈ ਤੇ ਰੋਟੀ ਤੋਂ ਬਾਰਾ ਇੱਕ ਇੱਕ ਸਾਥੀ ਹੋ ਕੇ ਧਰਮਸ਼ਾਲਾ ਦੇ ਵਿੱਚ ਆ ਗਏ ਜਦੋਂ ਕੱਲਾ ਸੀ ਤਦ ਕਲਪਨਾ ਉਸ ਦਾ ਉਡਾ ਲੈ ਕੇ ਉਸ ਨੂੰ ਪੂਰੀ ਲੈ ਗਈ ਉਹ ਉਦਾਸ ਚੰਨੋ ਨੂੰ ਤੱਕ ਰਿਹਾ ਸੀ ਜਿਵੇਂ ਤਰਸ ਤੇ ਹਮਦਰਦੀ ਦੇ ਭੁੱਖੇ ਇੱਕ ਤਰ੍ਹਾਂ ਰੋਏ ਰੋਏ ਮਾਇੂਸ ਤੇ ਲਾਚਾਰ ਸਨ ਪਰ ਜਦ ਸਮਾਜ ਦੀਆਂ ਵਾਂਗਾਂ ਗਲਤ ਕੀਮਤਾਂ ਨੇ ਖਿੱਚੀਆਂ ਹੋਣ ਜ਼ਿੰਦਗੀ ਦਾ ਸ਼ਾਹ ਸਵਾਰ ਮਨ ਮਰਜ਼ੀ ਦੀ ਖੁੱਲ੍ਹ ਦੌੜ ਨਹੀਂ ਸਕਦਾ ਪੁਰਾਣੇ ਅਤੇ ਸੜੇ ਹੋਏ ਗਲੇ ਸਮਾਜ ਵਿੱਚ ਪ੍ਰੇਮੀ ਤੇ ਜੁੜੀਆਂ ਧਰਤੀ ਸੁਕੜਦੀ ਹੈ ਤੇ ਅਸਮਾਨ ਪਾਟ ਪਾਟ ਜਾਂਦਾ ਤੜਕਿਓ ਰੂਪ ਨੂੰ ਇਸ਼ਨਾਨ ਕਰਾ ਕੇ ਆਨੰਦ ਕਾਰਜ ਦੀ ਰਸਮ ਲਈ ਗੁਰੂ ਘਰ ਨਾਲ ਲੈ ਗਏ ਹੋਰ ਜੀ ਪੰਜ ਸੱਤ ਸਾਥੀ ਉਹਦੇ ਨਾਲ ਸਨ ਦੇਲੀ ਪੈਰ ਪਾਉਣ ਤੋਂ ਅੱਗੇ ਹੀ ਕੋਰਤ ਨੇ ਤੇਲ ਚੋਇਆ ਤੇ ਸਭ ਤੋਂ ਅੱਗੇ ਰੂਪ ਨੂੰ ਅੰਦਰ ਲੰਗਾਇਆ ਅੱਗੇ ਸਾਜਾਂ ਨਾਲ ਰਾਗੀ ਆਸਾ ਦੀ ਵਾਰ ਦਾ ਕੀਰਤਨ ਕਰ ਰਹੇ ਸਨ ਲਾਲ ਟੈਂਡ ਤੇ ਸਫੇਦ ਚਾਨਣ ਚ ਰੂਪ ਦਾ ਚਿਹਰਾ ਸੁਹੇ ਗੁਲਾਬ ਵਾਂਗ ਖਿੜਿਆ ਹੋਇਆ ਸੀ ਹਰ ਇੱਕ ਕੁੜੀ ਦੇ ਜਜ਼ਬਾਤ ਨੂੰ ਉਸਨੇ ਦੇਖ ਕੇ ਤੱਕਾ ਖਾਦਾ ਕਿ ਕਿਉਂ ਨਾ ਮੈਂ ਵੀ ਅਜਿਹੇ ਸੋਹਣੇ ਤੇ ਭਰੇ ਗੱਭਰੂ ਦੀ ਵੋਟੀ ਬਣਾ ਕੁੜੀਆਂ ਰੂਪ ਨੂੰ ਦੇਖਣ ਲਈ ਮਜਬੂਰ ਸਨ ਆਨੰਦ ਹੁੰਦਾ ਵੇਖ ਕੇ ਰੂਹ ਨੇ ਮੁੜ ਕਿਸੇ ਨੂੰ ਯਾਦ ਕੀਤਾ یوں ਪ੍ਰਤੀਤ ਹੁੰਦਾ ਸੀ ਜਿਵੇਂ ਉਸ ਦਾ ਬੁੱਤ ਤਾਂ ਆਨੰਦ ਪੜਵਾ ਰਿਹਾ ਤੇ ਰੂਹ ਦੂਰ ਕਿਸੇ ਦੀ ਝੋਲੀ ਚ ਰੋ ਰੋ ਕੇ ਪਨਾਹ ਮੰਗ ਰਹੀ ਹੈ ਉਸ ਨੂੰ ਪਤਾ ਤੱਕ ਨਾ ਲੱਗਾ ਉਹ ਕਦੋਂ ਆਨੰਦ ਕਰਵਾ ਕੇ ਧਰਮਸ਼ਾਲਾ ਆ ਗਿਆ ਕੌਣ ਜਾਣੇ ਐਨੇ ਸਮੇਂ ਚ ਉਹਨੇ ਕਿੰਨੇ ਹੋਂਕੀਆਂ ਨੂੰ ਲਮਕਾ ਲਮਕਾ ਕੇ ਢਿੱਲਿਆਂ ਛੱਡਿਆ ਸੀ ਦਿੰਟੜ ਦੇ ਨੂੰ ਸਾਥ ਚ ਬੋਰਡ ਹੇਠੋਂ ਲੋਕਾਂ ਦੀ ਭੀੜ ਜੁੜਦੀ ਗਈ ਬੁੱਗੇ ਗਮੰਤਰੀ ਦੇ ਖਾੜੇ ਕਈ ਦਿਨ ਪਹਿਲਾਂ ਹੀ ਨੇੜ ਤੇੜ ਦੇ ਪਿੰਡ ਚ ਹਵਾਈ ਉੱਡੀ ਚਾ ਰਹੀ ਸੀ ਜਾਂਜੀਆਂ ਲਈ ਦੋ ਪੱਟੀਆਂ ਵਿਛਾਈਆਂ ਗਈਆਂ ਸਰੰਗੀ ਵਾਲੇ ਨੇ ਕਿੱਲੀਆਂ ਕੱਸ ਕੇ ਗੱਜ ਤੇ ਬਰੋਜਾ ਫੜ ਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਟੱਡਾਂ ਵਾਲਿਆਂ ਨੇ ਗੱਬਰੂਆਂ ਦੀਆਂ ਤੜਕਣਾਂ ਨੂੰ ਮਚਲਾਇਆ ਗਮੰਤਰੀ ਦੀਆਂ ਦੁਖਲੀਆਂ ਨੌਕਦਾਰ ਜੁੱਟੀਆਂ ਚਾਦਰਿਆਂ 'ਚ ਪੈਂਦੀਆਂ ਵਲਦਾਰ ਲਹਿਰਾਂ ਤੇ ਸਾਇਲ ਪਾਇਲ ਪੂੰਜੀਆਂ ਵਿੱਚ ਪਿੰਡ ਦੇ ਪੰਜਾਬ ਦੀ ਸਦਾ ਜਿਉਂਦੀ ਸੱਭਿਆਤਾ ਮੂੰਹੋਂ ਬੋਲ ਰਹੀ ਸੀ ਪੰਜਾਬ ਦੀ ਪਿਆਰ ਨਾਇਕਾ ਹੀਰਾਂ ਦੀ ਸੁਨਾਸਾਨਗੀਆਂ 'ਚੋਂ ਸੁਣਦਿਆਂ ਵੇਖ ਕੇ ਸਾਰੇ ਖਾੜੇ 'ਚ ਮਸਤੀ ਭਰੀ ਖਿਲਰ ਗਈ ਵਾ ਬਈ ਵਾ ਨੰਨੇ ਤੇਰੀਆਂ ਕਲੀਆਂ ਦਾ ਜਗੀਰ ਨੇ ਰੁਪਈਆ ਦੰਦਿਆ ਉਹਨਾਂ ਦੀ ਪ੍ਰਸ਼ੰਸਾ ਕੀਤੀ ਤੇ ਹੋਰ ਵੀ ਲੋਕਾਂ ਨੇ ਰੁਪਈਏ ਦਿੱਤੇ ਰੂਪ ਦਾ ਕੋਈ ਮਿੱਤਰ ਕਿਸੇ ਤੋਂ ਘੱਟ ਨਹੀਂ ਸੀ ਰਹਿਣਾ ਚਾਹੁੰਦਾ ਜਦੋਂ ਗੁਮੰਤਰੀਆਂ ਨੇ ਅਗਲੀ ਕਲੀ ਛੇੜੀ ਤਾਂ ਕੋਲ ਬੈਠੇ ਗਿਆਨੀ ਨੇ ਆਪਣੇ ਆਪ ਨੂੰ ਕਿਹਾ ਜਿੰਨਾ ਚਿਰ ਮਨੁੱਖ ਦੇ ਦਿਮਾਗ 'ਚ ਉਹ ਗਲਤ ਫਹਿਮੀ ਨਹੀਂ ਨਿਕਲ ਜਾਂਦੀ ਕਿ ਕਿਸਮਤ ਦੀ ਡੋਰ ਪ੍ਰਭੂ ਦੇ ਹੱਥ 'ਚ ਹੈ ਉਹਨਾਂ ਚਿਰ ਆਪਣੇ ਜ਼ਿੰਦਗੀ ਨੂੰ ਸਫਲ ਬਣਾਉਣ ਦਾ ਕੋਈ ਇਰਾਦਾ ਨਹੀਂ ਬਣਾ ਸਕਦਾ ਤੇ ਨਾ ਹੀ ਕੋਈ ਕਦਮ ਚੁੱਕ ਸਕਦਾ ਸਾਡੇ ਗੁਮੰਤਰੀ ਵੀ ਪੁਰਾਣੀ ਲੀ ਅਨੁਸਾਰ ਗਲਤ ਚੀਜ਼ਾਂ ਹੀ ਪ੍ਰਚਾਰੀ ਜਾਂਦੇ ਹਨ ਰੂਪ ਨੂੰ ਵੀ ਅਨੁਭਵ ਹੋ ਰਿਹਾ ਸੀ ਉਸ ਦਾ ਪਿਆਰ ਇਸੇ ਕਰਕੇ ਅਧੂਰਾ ਰਹਿ ਗਿਆ ਰੱਬ ਤੇ ਕਿਸਮਤ ਨੂੰ ਭਲਾ ਇਸ ਵਿੱਚ ਕੀ ਦਖਲ ਸੀ ਲੋਕਾਚਾਰੀ ਤੇ ਸਮਾਜ ਨੇ ਰਲ ਕੇ ਉਸ ਦੀ ਕਾਮਯਾਬ ਹੁੰਦੀ ਜ਼ਿੰਦਗੀ ਨੂੰ ਮੁੱਦੇ ਮੂੰਹ ਮਾਰਿਆ ਅੱਛਾ ਫਿਰ ਉਸ ਨੇ ਵਿਆਹ ਬਾਰੇ ਸੋਚਦਿਆਂ ਮਨ ਛਾਖਿਆ ਚੰਗਾ ਸਿਰ ਟਕਣ ਹੋ ਗਿਆ ਰਾਤ ਦੀ ਰੋਟੀ ਵੇਲੇ ਇੱਕ ਕੁੜੀ ਨੇ ਲੰਮੀ ਹੇਕ ਨਾਲ ਹੀਰਾ ਲਾਇਆ ਜਿਹੜਾ ਸਾਰੇ ਜਾਂਜੀਆਂ ਨੂੰ ਫੱਟ ਦੇ ਗਿਆ ਜੀਜਾ ਡੱਬੀ ਮੇਰੀ ਕੱਚ ਦੀ ਚ ਸੋਨੇ ਦੀ ਡਲੀ ਜੇ ਤੂੰ ਫੁੱਲ ਗੁਲਾਬ ਦਾ ਭੈਣ ਮੇਰੀ ਚੰਬੇਰੀ ਕਲੀ ਦੋਰੇ ਦੇ ਵਿੱਚ ਉੱਤਰ ਦੇ ਕੇ ਰੂਪ ਨੇ ਸਮਝਿਆ ਕਿ ਉਹਨਾਂ ਦੀ ਸਾਥਣ ਕਾਫੀ ਸੁੰਦਰ ਹੋਏਗੀ ਕੋਈ ਕੁੜੀ ਮਸਖਰੀ ਵਜੋ ਇਸ ਤਰ੍ਹਾਂ ਨਹੀਂ ਗਾ ਸਕਦੀ ਸਮਾਲੀ ਵੇਲੇ ਰੂਪ ਨੇ ਝਿਜਕਦਿਆਂ ਕੁੜੀ ਦੇ ਕੱਠ 'ਚ ਪੁੱਛ ਹੀ ਲਿਆ ਕੱਲ ਡੱਬੀ ਮੇਰੀ ਕੱਚ ਦੀ ਵਾਲਾ ਕਿਹਨੇ ਲਾਇਆ ਸੀ ਤੂੰ ਨਾਮ ਦੇਣਾ ਇੱਕ ਚੁਲਬਲੀ ਕੁੜੀ ਨੇ ਭੁੱਬੜਦਿਆਂ ਉੱਤਰ ਦਿੱਤਾ ਇਨਾਮ ਮੂੰਹੋਂ ਮੰਗਿਆ ਲਿਆ ਦੇ ਕਿੰਨਾ ਦਿੰਨਾ ਉਸ ਤੋਂ ਅਗਲੀ ਨੇ ਅਗਾਹ ਹੋ ਕੇ ਕਿਹਾ ਲੈ ਫੜ ਕਾਕੇ ਨੇ ਕੋਲੋਂ ਹੀ ਰੋੜ ਉਸਦੇ ਤਲੀ ਉੱਤੇ ਰੱਖ ਦਿੱਤੇ ਜਿਹੜੇ ਉਹਨੇ ਬਾਰੋਂ ਕੁੜੀਆਂ ਨੂੰ ਮਾਰਨ ਲਈ ਚੁੱਕੇ ਲਿਆਂਦੇ ਸਨ ਸਾਰਿਆਂ 'ਚ ਹਾਸੜ ਪੈ ਗਈ ਸ਼ਰਮਿੰਦਾ ਹੋਈ ਕੁੜੀ ਨੇ ਰੋੜ ਕਾਕੇ ਵੱਲ ਵਗਾ ਕੇ ਮਾਰੇ ਸੋਹ ਮਹਾਰਾਜ ਦੀ ਮੈਂ ਸੁਣਿਆ ਸੀ ਤੈਨੂੰ ਰੋੜ ਚਬਣ ਦੀ ਆਦਤ ਹੈ ਹਾਸੇ 'ਚ ਫੇਰ ਦੋਰ ਲੱਗ ਗਈ ਤਿਆਰੀ ਮੁਕੰਮਲ ਹੋ ਚੁੱਕੀ ਸੀ ਰੂਪ ਦੀ ਸੱਸ ਨੇ ਬਹੁਤ ਹੀ ਪ੍ਰਸੰਨ ਹੋ ਕੇ ਪਿਆਰ ਕੀਤਾ ਕੁੜੀਆਂ ਰੂਪ ਨੂੰ ਮੁੰਡਿਆਂ 'ਚੋਂ ਖੋਹ ਲੈਣਾ ਚਾਹੁੰਦੀਆਂ ਸਨ ਪਰ ਸਾਰਿਆਂ ਦੇ ਇਰਮਾਨ ਹਰ ਸਮੇਂ ਪ੍ਰਵਾਨ ਨਹੀਂ ਚੜ ਸਕਦੇ ਰੂਪ ਨੇ ਹੱਸਦੇ ਬੁੱਲਾਂ ਤੇ ਮੁਸਕਾਉਂਦੀਆਂ ਅੱਖਾਂ ਨਾਲ ਸ਼ਗਨ ਦੇ ਪਤਾਸੇ ਆਪਣੀ ਸਾਲੀ ਦੀ ਝੋਲੀ ਚ ਪਾਏ ਉਹਨੇ ਇੱਕ ਪਤਾਸਾ ਮੂੰਹ ਨੂੰ ਲਾਉਣਾ ਚਾਹਿਆ ਪਰ ਰੂਪ ਨੇ ਪਤਾਸਾ ਫੜਦੇ ਆ ਉਹਦੀ ਉਂਗਲ ਨੂੰ ਮਰੋੜਾ ਦਿੱ ਦਿੱਤਾ ਉਈ ਉਹਨੇ ਮਾਮਲੀ ਜੀ ਚੀਕ ਮਾਰੀ ਤੇ ਹੱਸ ਪਈ ਕਿਤੇ ਬਦਲਾ ਲਵਾਂ ਇਹ ਤਾਂ ਪਿਆਰ ਦਾ ਮਰੋੜ ਸੀ ਰੂਪ ਨੇ ਜਾਂਦਿਆਂ ਉੱਤਰ ਦਿੱਤਾ ਤੇ ਸਾਰੀਆਂ ਕੁੜੀਆਂ ਨੂੰ ਸੱਜੀ ਕਲ ਬੁਲਾਈ ਵੋਟੀ ਦੇ ਰੱਥ ਉੱਤੋਂ ਪੈਸਿਆਂ ਦੀ ਅੰਨੀ ਸੋਟੀ ਕੀਤੀ ਗਈ ਵਿਆਹ ਆਦੀ ਤੋਂ ਲੈ ਕੇ ਅੰਤ ਤੱਕ ਕਿਸੇ ਵਿਗਨ ਬਿਨਾ ਛਾਵਾ ਤੋਂ ਸਿਰੇ ਚੜ ਗਿਆ ਪਾਵੇਂ ਇਹ ਰੂਪ ਦੇ ਦਿਲ ਦੀ ਸਹੀ ਭਾਵਨਾ ਨਹੀਂ ਸੀ ਪਰ ਉਹ ਵੀ ਸਮਝਦਾ ਸੀ ਕਿ ਹੁਣ ਇਸ ਤੋਂ ਬਿਨਾ ਚਾਰਾ ਵੀ ਕੋਈ ਨਹੀਂ ਰਿਹਾ ਕਾਲੇ ਹਿਰਨ ਵਾਂਗ ਆਜ਼ਾਦ ਚੁੰਗੀਆਂ ਪਰਦਾ ਉਹ ਲੋਕਾਚਾਰੀ ਦੇ ਡਰ ਨਾਲ ਆ ਰਲਿਆ ਪਰ ਲੋਕਾਚਾਰੀ ਦੇ ਵਰਤਾਰੇ ਤੇ ਸੰਬੰਧਾ ਬਾਰੇ ਉਹ ਮਿੱਟ ਨਫ਼ਰਤ ਨਾਲ ਕੁੜ ਗਿਆ ਸੀ ਕੋੜੀਆਂ ਵਾਲਿਆਂ ਨੇ ਅੱਗੋਂ ਹੀ ਘਰ ਖਬਰ ਪਾ ਦਿੱਤੀ ਵੋਟੀ ਦੇ ਰੱਥ ਦੀ ਉਡੀਕ ਹੋਣ ਲੱਗੀ ਰੱਥ ਤੇ ਗੱਡੇ ਦੀ ਉੜਦੀ ਧੂੜ ਰੂਪ ਦੇ ਬਾਹਰ ਅੱਗੇ ਆ ਕੇ ਖਤਮ ਹੋ ਗਈ ਕੁੜੀਆਂ ਦੇ ਗੀਤ ਤੇ ਰੋਲਾ ਆਪੇ ਚ ਧਮਕ ਧੱਕਾ ਸਨ ਬਸੰਤ ਕੌਰ ਨੇ ਰੱਥ ਵਿੱਚ ਬੈਠੀ ਵੋਟੀ ਦਾ ਚੋਲਾ ਨਾਲ ਮੂੰਹ ਜਠਲਾਇਆ ਤੇ ਤੇਲ ਚੋਕੇ ਵੋਟੀ ਗੱਭਰੂ ਨੂੰ ਬਰਾਬਰ ਬਰਾਬਰ ਤੋੜ ਕੇ ਅੰਦਰ ਸਵਾਦ ਚ ਲੈ ਆਂਦਾ। ਵੋਟੀ ਦੇ ਸਿਰ ਤੋਂ ਦੀ ਪਾਣੀ ਵਾਰਿਆ ਤੇ 1 ਰੁਪਿਆ ਬਸੰਤ ਕੌਰ ਨੇ ਆਪਣੀ ਮਾਂ ਦੀ ਥਾਂ ਪੂਰਦਿਆਂ ਵੋਟੀ ਦੀ ਝੋਲੀ ਪਾ ਕੇ ਖੁੰਡ ਚੁੱਕਿਆ। ਰੋਟੀ ਸਾਰਿਆਂ ਦੀ ਆਸ ਤੋਂ ਸੋਹਣੀ ਸੀ। ਠੀਕ ਹੀ ਫੁੱਲ ਗੁਲਾਬ ਦੇ ਬਰਾਬਰ ਚੰਬੇ ਦੀ ਕਲੀ ਸੀ ਬਚਨੋ ਦੇ ਮੱਥੇ ਵੋਟੀ ਵੇਖ ਕੇ ਤਰੇੜ ਆ ਗਈ ਵਿਚੋਲਣ ਨੂੰ ਸਾਰਿਆਂ ਨੇ ਪ੍ਰਸ਼ੰਸਾ ਵਜੋਂ ਸਾਬਾਸ਼ ਦਿੱਤੀ ਤੇ ਪੂਰੇ ਇੱਕ ਸਾਲ ਤੋਂ ਪੱਛੜ ਵਰਗੇ ਸਖਣੇ ਕਰਨ ਨੂੰ ਬਹਾਰ ਦੇ ਖੇੜੇ ਨੇ ਭਰ ਦਿੱਤਾ ਚਿੱਟੇ ਚੋਲ ਜਿਨ੍ਹਾਂ ਨੇ ਪੁੰਨ ਕੀਤੇ ਰੱਬ ਨੇ ਬਣਾਈਆਂ ਜੋੜੀਆਂ ਇਸ ਭਾਗਛਾ ਨਹੀਂ ਮਿਲਦੇ ਅਗਲੇ ਪਾਰਟ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਟਿਲ ਦੈਨ ਟੇਕ ਕੇਅਰ